ਸਪਿੰਡ ਵਾਸੀਓ, ਇੱਕ ਐਦਾਂ ਦਾ ਮੁਕਾਬਲਾ ਸਾਡੇ ਪਿੰਡ ਦੇ ਵਿੱਚ ਹੁਣ ਜਾ ਰਿਹਾ ਹੈ ਜਿਹੜਾ ਮੁਕਾਬਲਾ ਤੁਸੀਂ ਅੱਜ ਤੱਕ ਕਿਤੇ ਵੀ ਨਹੀਂ ਦੇਖਿਆ ਹੋਣਾ। ਸੋ ਇਹ ਹੁਣ ਜਾ ਰਿਹਾ ਹੈ ਸੀਪ ਦਾ ਮੁਕਾਬਲਾ। ਕੁੱਟ ਖਾ ਕੇ ਨਹੀਂ ਕਰੇ ਵੜਨਾ, ਕੁੱਟ ਕੇ ਕਰੇ ਵੜਨਾ। ਸ਼ਰਮ ਤਾਂ ਨਹੀਂ ਆਉਂਦੀ? ਮਾਰ ਮਾਰ ਕੇ ਜੁੱਤੀਆਂ ਭੁਗਤ ਸਵਾਰ ਦੋ ਤੇਰੀ ਤੇ ਨਾਲੇ ਇਹਦੀ ਵੀ। ਕਰਤਾਰ ਸਿੰਘ, ਜੇ ਤੂੰ ਸਰਪੰਚ ਬਣਨਾ ਤਾਂ ਬਣ ਜਾ, ਬਾਕੀ ਵੋਟਾਂ ਵਾਟਾਂ ਵਾਲੀ ਗੱਲ ਭੁੱਲ ਜਾ। ਸਰਪੰਚ ਦਿੱਤੀ ਨਹੀਂ ਜਿੱਤੀ ਜਾਂਦੀ ਹੈ। ਸੀਪ ਦੀ ਬਾਜ਼ੀ ਲਾ ਲਓ, ਜੇ ਕਰਤਾਰ ਹੋਣੀ ਜਿੱਤੇ ਤਾਂ ਵੋਟਾਂ ਪੈਣਗੀਆਂ, ਜੇ ਗਿੰਦਰ ਤੇ ਮਿੰਦਰ ਜਿੱਤੇ ਤਾਂ ਸਰਬਸੰਮਤੀ। ਤੈਨੂੰ ਕੀ ਲੱਗਦਾ ਮੈਂ ਬੇਵਕੂਫ ਹਾਂ? ਮੈਨੂੰ ਕੁਝ ਪਤਾ ਨਹੀਂ ਲੱਗਦਾ ਤੇਰੀ ਸ਼ਕਲ ਦੇਖ ਕੇ। ਕਬੱਡੀ ਦਾ ਬੈਸਟ ਰੇਡਰ ਸੀ ਬਾਈ ਮੈਂ। ਉੱਠ ਖੜੇ ਹੋ ਪੰਜਾਬ ਸਿਆ, ਜਾਦੋ ਆਇਆ ਜਾਗ ਸਿਆ, ਉੱਠ ਮੰਜ਼ਿਲ ਦੇ ਮੱਥੇ ਉੱਤੇ ਲਿਖਦੇ ਆਪਣੇ ਭਾਗ ਸਿਆ। ਪਿੰਡ 'ਚ ਮਰਿਆ ਭਾਵੇਂ ਕੋਈ ਨਹੀਂ, ਪਰ ਮਾਤਮ ਪੂਰੇ ਪਿੰਡ 'ਚ ਛਾਇਆ ਹੋਇਆ। ਪਿੰਡ ਵਾਲਿਆਂ ਨੂੰ ਗਿੰਦਰ ਤੇ ਗੱਪੀ ਦੀ ਯਾਰੀ ਦਾ ਫਾਇਦਾ ਹੋਵੇ ਜਾਂ ਨਾ ਹੋਵੇ, ਪਰ ਉਹਨਾਂ ਦੀ ਅਣਬਣ ਦਾ ਸਾਨੂੰ ਬਹੁਤ ਫਾਇਦਾ ਹੋਣਾ ਹੈ। ਜੋਤ, ਤੈਨੂੰ ਹੀ ਲਾਉਣੀ ਪੈਣੀ ਹੈ ਕੋਈ ਸਕੀਮ। ਲੱਗ ਗਈ ਸਕੀਮ। ਨਾ ਮੈਂ ਗਿੰਦਰ ਨਾਲ ਖੇਡਣਾ, ਨਾ ਹੀ ਬੋਲਣਾ ਹੈ।